ਉਹ ਆਪਣੀਆਂ ਕੀਤੀਆਂ ਦਾ ਫਲ ਪਾਉਣ ਦੇ ਰਹੇ ਅਕਾਲੀ ਦਲ ਉਹ ਸੁਖਬੀਰ ਅਕਾਲੀ ਦਲ ਨਹੀਂ ਸੁਖਬੀਰ ਅਤੇ ਮਜੀਠੀ ਆਪਣੇ ਕੀਤੀਆਂ ਦਾ ਫਲ ਪਾਉਣ ਦੇ ਅਕਾਲੀ ਦਲ ਵੱਖਰਾ ਵਾ ਅਕਾਲੀ ਦਲ ਢੀਂਡਸਾ ਵੀ ਹੈ ਅਕਾਲੀ ਦਲ ਭੁੰਦੜ ਵੀ ਹੈ ਅਕਾਲੀ ਦਲ ਸੇਵਾ ਸਿੰਘ ਵੀ ਹੈ ਇਹ ਸੁਖਬੀਰ ਅਤੇ ਮਜੀਠੀਆਂ ਨੂੰ ਅਕਾਲੀ ਦਲ ਨਾ ਸਮਝੋ ਇਹਨਾਂ ਦਾ ਅਕਾਲੀ ਦਲ ਮਾਰਿਆ ਵਾ ਜਿਹੜਾ ਇਹਨਾਂ ਨੇ ਆਖਿਆ ਵੀ ਅਕਾਲੀ ਦਲ ਦੀ ਦੂਜੀ ਲਾਈਨ ਸੀ ਵੀ ਧੋਖਿਆਂ ਦਾ ਮਾਰਿਆ ਉਹ ਨੇ ਕਾ ਸਾਹਿਬ ਨੇ ਅਸਤੀਫਾ ਦਿੱਤਾ ਮੈਨੂੰ ਤੇ ਵੀ ਨਹੀਂ ਅਜੇ ਪਤਾ ਕੋਈ ਈਮੇਲ ਕਰ ਦੇਵੇ ਤੇ ਅਸਤੀਫਾ ਨਹੀਂ ਕੋਈ ਅਸਤੀਫਾ ਨਹੀਂ ਹੁੰਦਾ ਫਾਰ ਯੋਰ ਕਾਇੰਡ ਇਨਫੋਰਮੇਸ਼ਨ ਉਹ ਅਸਤੀਫਾ ਨਹੀਂ ਹੁੰਦਾ ਉਹ ਇੱਕ ਬੇਖੂ ਬਣਾਉਣ ਦਾ ਤਰੀਕਾ ਹੁੰਦਾ ਸਿਆਣਾ ਵਕੀਲ ਆ ਮੈਂ ਤਾਂ ਉਹਨਾਂ ਦੀ ਸਤਿਕਾਰ ਕਰਨਾ ਵੈਸੇ ਹੀ ਮਿਸਫਿਟ ਨੇ ਸਿਆਸਤ 'ਚ ਬਿਜ਼ਨਸ ਦਿੱਲੀ ਆ ਉੱਧਰ ਹੀ ਜਾਣਾ ਚਾਹੁੰਦੇ ਨੇ ਅਤੇ ਅਸਤੀਫਾ ਨਾ ਕੋਈ ਨਹੀਂ ਦਿੱਤਾ ਹਾਂ ਜੇ ਦੇ ਵੀ ਦੇਣ ਮੈਂ ਅਸਤੀਫਾ ਨਹੀਂ ਦੇਣਾ ਮੈਂ ਆਪਣੀ ਡਿਊਟੀ ਪੂਰੀ ਕਰਨੀ ਮੈਂ ਜੋ ਅਸੈਂਬਲੀ 'ਚ ਆਖਿਆ ਜੋ ਜਾਖੜ ਸਾਹਿਬ ਨੇ ਹੁਣ ਆਖਿਆ ਦੋਸ਼ੀਆਂ ਨੂੰ ਫੜਨਾ ਦੋਸ਼ੀਆਂ ਨੂੰ ਸਜ਼ਾ ਦੇਣੀ ਹੈ ਸਾਡੀ ਡਿਊਟੀ ਹੈ ਕੈਪਟਨ ਅਮਰਿੰਦਰ ਸਿੰਘ ਹੋਰੀ ਇਸ ਕੰਮ 'ਤੇ ਪੂਰੀ ਤਰ੍ਹਾਂ ਪਾਬੰਦ ਨੇ ਅਤੇ ਸਰਕਾਰ ਤੁਹਾਨੂੰ ਕਰਕੇ ਵਿਖਾ ਦੇ ਕੈਪਟਨ ਸਾਹਿਬ ਜਾਖੜ ਸਾਹਿਬ ਕਿੰਨੇ ਪਾਸ ਹੁੰਦੇ ਨੇ ਕਾਕਾ ਗਲਤ ਪਾਸ ਮੈਂ ਕੱਲ੍ਹ ਬਰਗਾੜੀ ਗਿਆ ਸੀ ਜਾਖੜ ਸਾਹਿਬ ਉੱਥੇ ਮੈਂ ਬੋਲਦਿਆਂ ਲੋਕਾਂ ਨੂੰ ਆਖਿਆ ਸੀ ਵੀ ਜੇ ਖੇਡਾਂ ਖਾ ਕੇ ਡਿੱਗ ਪਈਏ ਅਤੇ ਮੇਰਾ ਮਿਸ਼ਨ ਹੈ ਵੀ ਤੁਹਾਡੀਆਂ ਨਜ਼ਰਾਂ 'ਚ ਨਹੀਂ ਪੈਂਦੀਆਂ ਬਿਲਕੁਲ ਅਸੀਂ ਕਹਿੰਦਾ ਫਾਇਦਾ ਖਾਈ ਜਦੋਂ ਕੈਪਟਨ ਅਮਰਿੰਦਰ ਸਿੰਘ ਮਿਹਰਬਾਨ ਜਦੋਂ ਐਡਾ ਗ੍ਰੇਟ ਐਮ ਪੀ ਮਿਲਿਆ ਥੋੜ੍ਹੀ ਜਿਹੀ ਝਲਕ ਦੇਣੀ ਚਾਹਵਾਂਗਾ ਹਜੇ ਤਾਂ ਸੁਪਨਾ ਲਿਆ ਜਿੱਦਣ ਸਿਰੇ ਚੜੇਗਾ ਸਮਾਂ ਲੱਗੇਗਾ ਮੈਨੂੰ ਆਵਾਜ਼ ਮਾਰੀ ਪਈ ਕਿਉਂਕਿ ਬਰਗਾੜੀ ਤੈਨੂੰ ਪਤਾ ਉਹ ਕਹਿੰਦੇ ਤੂੰ ਨਾਲ ਪਏਗਾ ਪਰ ਮੈਂ ਉਹ ਛੱਡ ਕੇ ਮੈਂ ਕਹਿੰਦੇ ਇਹ ਤਾਂ ਬਟੁੱਕਾ ਨੂੰ ਦੱਸਣਾ ਵੀ ਅਸੀਂ ਕੀ ਕਰ ਰਹੇ ਹਾਂ ਤੁਸੀਂ ਕੀ ਕਰ ਰਹੇ ਡੀਸੀ ਸਾਹਿਬ ਸਾਡੇ ਆ ਗਿਆ ਐਸ ਡੀ ਓ ਸਾਹਿਬ ਸਾਡੇ ਬੈਠੇ ਨੇ ਆ ਮੇਰੀ ਬੇਟੀ ਬੈਠੀ ਹੈ ਪਿੰਡਾਂ ਦੀ ਅਫਸਰ ਆ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸਾਹਿਬਾਨ ਡੀ ਸੀ ਸਾਹਿਬ ਐਸ ਐਸ ਪੀ ਸਾਹਿਬ ਆਏ ਹੋਏ ਸਾਰੇ ਅਰਦਾਸ ਨੇ ਗੱਲ ਕੀਤੀ ਬਾਬੇ ਨਾਨਕ ਜੀ ਦੇ 550 ਸਾਲ ਆ ਕੇ ਗਏ ਸੀ ਸੁਖਬੀਰ ਬਾਦਲ ਤੇ ਵਿਕਰਮ ਮਜੀਠੀਆ ਜੀ ਉਹਨਾਂ ਨਾਲ ਜੋ ਕੁਝ ਵਾਪਰਿਆ ਮੈਂ ਦੋ ਮਹੀਨੇ ਪਹਿਲਾਂ ਆਖਿਆ ਸੀ ਮੈਂ ਕਿਹਾ ਅਕਾਲੀਆਂ ਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਬਣ ਦੇਣਾ ਤੇ ਸੁਖਬੀਰ ਦਾ ਅਹੰਕਾਰ ਉਹਨਾਂ ਦਾ ਉਹ ਜਾ ਕੇ ਅਬੋਹਰ ਕਹਿੰਦਾ ਮੈਂ ਆਇਆ ਖੜਾ ਅਬੋਹਰ ਤਾਂ ਆਏ ਖੜੇ ਹੋ ਸਾਹਿਬ ਪਰ ਜੇ ਕਿਤੇ ਆ ਤੁਹਾਡੀ ਜ਼ੈਡ ਪਲੱਸ ਸਿਕਿਉਰਿਟੀ ਜੇ ਕੈਪਟਨ ਸਾਹਿਬ ਪਾਸੇ ਕਰ ਲੈਣ ਤਾਂ ਤੁਹਾਨੂੰ ਬਾਦਲ ਪਿੰਡ 'ਚ ਨਹੀਂ ਨਿਕਲਣ ਦੇਣਾ ਕਿਸੇ ਨੇ ਕਿਉਂਕਿ ਤੁਸੀਂ ਏਡਾ ਧੋਖਾ ਕੀਤਾ ਤੁਸੀਂ ਤਾਂ ਪੰਥ ਦੇ ਰਾਖੇ ਸੀ ਬਾੜ ਖੇਤ ਨੂੰ ਖਾਣ ਲੱਗੀ ਉਹਦਾ ਜਿਹੜਾ ਕਿੱਸਾ ਹੈ ਉਹ ਲੋਕ ਮੈਨੂੰ ਕਹਿ ਦਿੰਦੇ ਆ ਮੈਨੂੰ ਬਡੂੰਗਰ ਸਾਹਿਬ ਨੇ ਘੇਰਾ ਕਹਿਤਾ ਜਾਖੜ ਸਾਹਿਬ ਸਾਡੇ ਤੁਸੀਂ ਧਰਮ ਦੇ ਮਸਲੇ 'ਚ ਗੱਲ ਨਾ ਕਰਿਆ ਕਿਉਂਕਿ ਤੁਸੀਂ ਹਿੰਦੂ ਹੋ ਮੈਂ ਕਿਹਾ ਮੈਂ ਬਾਦਲ ਸਾਹਿਬ ਨੂੰ ਇਸ ਗੱਲ ਦਾ ਜਵਾਬ ਦੇਈ ਬੈਠਾ ਵਿਧਾਨ ਸਭਾ 'ਚ ਬਾਦਲ ਸਾਹਿਬ ਨੇ ਕਿਤੇ ਮੈਨੂੰ ਟੋਕਤਾ ਤੇ ਮੈਂ ਉੱਥੇ ਵਿਧਾਨ ਸਭਾ 'ਚ ਕਹਿੰਦਾ ਬਾਦਲ ਸਾਹਿਬ ਮੇਰੇ ਕੇਸ ਮੇਰਾ ਸਿੱਖੀ ਸਵਰੂਪ ਹੈ ਨਹੀਂ ਪਰ ਮੈਂ ਆ ਜਿਹੜੇ ਤੁਹਾਡੇ ਕਈ ਤਾਂ ਆਪਣੇ ਵਾਲੇ ਅਤੇ ਅਸੀਂ ਗੁਰਦਾਸਪੁਰ ਇਲਾਕੇ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਸੀ ਅੰਮ੍ਰਿਤਧਾਰੀ ਕਹਿੰਦੇ ਸੀ ਉਹਨਾਂ ਨਾਲ ਤਾਂ ਮੈਂ ਲੱਖ ਦਰਜੇ ਸੱਚਾ ਸਿੱਖ ਹਾਂ ਉਹਨਾਂ ਨਾਲ ਮੈਂ ਲੱਖ ਦਰਜੇ ਸੱਚੇ ਸਿੱਖ ਹਾਂ ਸੁਖਬੀਰ ਨੇ ਕਹਿੰਦੇ ਸੁਖਬੀਰ ਜਾਖੜ ਸਾਹਿਬ ਵਾਸਤੇ ਬਹੁਤ ਕੁਝ ਆ ਕੇ ਬੋਲ ਕੇ ਆਇਆ ਉੱਥੇ ਹੋਰ ਮੈਨੂੰ ਕਈਆਂ ਨੇ ਕਿਹਾ ਬੋਲੇ ਬਹੁਤ ਖੜੇ ਹੋ ਚਾਹ ਮੈਂ ਕਿਹਾ ਕੀ ਕਿਸੇ ਨੂੰ ਕਹੀਏ ਜਿਹੜਾ ਬੰਦਾ ਬਾਦਲ ਸਾਹਿਬ ਨੂੰ ਬਾਪ ਸਮਾਨ ਕਹਿੰਦਾ ਉਹ ਸਾਡੇ ਬਾਪ ਨੂੰ ਕੀ ਕਹੂਗਾ ਜਿਹਨੂੰ ਆਪਣੇ ਪਿਤਾ ਨੂੰ ਗੱਲ ਕਰਨ ਦੀ ਤਮੀਜ਼ ਹੈ ਨਹੀਂ ਉਹ ਸਾਡੇ ਪਿਤਾ ਵਾਸਤੇ ਕੀ ਬੋਲੂਗਾ ਨਾ ਬੋਲੂਗਾ ਇਹਨਾਂ ਬੰਦਿਆਂ ਤੇ ਮੈਂ ਗੌਰ ਨਹੀਂ ਕਰਦਾ ਤੇ ਹੋਰ ਜਾ ਕੇ ਰੈਲੀ ਕਰਿਆ ਪਰ ਮੈਨੂੰ ਜਿਹੜਾ ਗੁੱਸਾ ਬਾਦਲ ਸਾਹਿਬ ਨੇ ਤੇ ਸੁਖਬੀਰ ਹੋਰਾਂ ਨੇ ਮਿਲ ਕੇ ਜਿਹੜੀ ਫਰੀਦਕੋਟ ਰੈਲੀ ਕੀਤੀ ਸਾਹਿਬ ਉਹ ਬੜੀ ਘਟੀਆ ਸਾਜਿਸ਼ ਸੀ ਉਹ ਸਾਜਿਸ਼ ਕੀ ਸੀਗੀ ਉਹ ਸਾਜਿਸ਼ ਆ ਸੀਗੀ ਵੀ ਉੱਥੇ ਜਾ ਕੇ ਖੜਾਂਗੇ ਜਿਹੜੇ ਲੋਕ ਉੱਥੇ ਉਹਨਾਂ ਬੰਦਿਆਂ ਨੂੰ ਪਕੜਨ ਵਾਸਤੇ ਧਰਨਾ ਲਾਈ ਬੈਠੇ ਆ ਇੰਨੇ ਮਹੀਨਿਆਂ ਤੋਂ ਉਹ ਜਿਹੜੇ ਪੰਥ ਦੇ ਲੋਕ ਹੈ ਉਹ ਉੱਠ ਕੇ ਆਣਗੇ ਝਗੜਾ ਹੋਊਗਾ ਉਹ ਝਗੜਾ ਹੋਊਗਾ ਤਾਂ ਪੁਲਿਸ ਨੂੰ ਕਾਰਵਾਈ ਕਰਨੀ ਪਊਗੀ ਤੇ ਅਕਾਲੀ ਜਿਹੜੇ ਲੀਡਰ ਸੀ ਬਾਦਲ ਸਾਹਿਬ ਵਰਗੇ ਮਾੜਾ ਫੇਰੀ ਜਾਂਦੇ ਸੀ ਵੀ ਉੱਥੇ ਝਗੜਾ ਹੋਵੇ
ਉੱਥੇ ਕੋਈ ਗੋਲੀ ਚੱਲੇ ਤੇ ਆ ਸਾਡੇ ਕੋਲੋਂ ਜਿਹੜਾ ਮਰਿਆ ਸੱਪ ਹੈ ਉਤਾਰ ਕੇ ਕਾਂਗਰਸ ਦੇ ਗਲ ਚ ਪਾ ਲਈ ਉਹ ਗੋਲੀ ਤੁਸੀਂ ਵੀ ਚਲਾ ਜਾਣਾ ਐਡੀ ਮਾੜੀ ਸੋਚ ਦੇ ਨਾਲ ਇਹਨਾਂ ਨੇ ਜਾ ਕੇ ਉੱਥੇ ਮੀਟਿੰਗ ਕੀਤੀ ਹੋਰ ਕੋਈ ਕਾਰਨ ਨਾ ਸੀਗਾ ਕਿਤੇ ਵੀ ਕਰ ਸਕਦੇ ਸੀ ਮੀਟਿੰਗ ਕੈਪਟਨ ਸਾਹਿਬ ਨੇ ਇਸ ਕਰਕੇ ਰੋਕਿਆ ਸੀ ਕਿ ਉੱਥੇ ਹਾਲਾਤ ਵਿਗੜ ਜਾਣਗੇ ਪੰਜਾਬ ਘੇਰਾ ਪਿਆ ਜਾ ਕੇ ਇੱਥੇ ਆ ਕੇ ਕਰੋ ਸੁਖਬੀਰ ਬਾਦਲ ਜੀ ਨੂੰ ਕਹਿ ਸਕਦਾ ਬਾਦਲ ਸਾਹਿਬ ਯੂ ਕੈਨ ਰਨ ਬਟ ਯੂ ਕੈਨ ਨਾਟ ਹਾਈਡ ਭੱਜੇ ਲਓ ਤੁਸੀਂ ਜਿਵੇਂ ਕਹਿੰਦਾ ਬਾਗ ਮਿਲਖਾ ਬਾਗ ਬਾਗ ਸੁਖਬੀਰ ਬਾਗ ਜਾਨ ਜਿਨ੍ਹਾਂ ਨੇ ਕਾਣ ਕੀਤਾ ਬਚ ਨਹੀਂ ਸਕਦੇ ਸਾਹਿਬ ਕਾਨੂੰਨ ਦੇ ਸ਼ਿਕੰਜੇ ਦੇ ਅੰਦਰ ਆਉਣਗੇ ਜਿਨ੍ਹਾਂ ਨੇ ਪੰਜਾਬ ਦੀ ਅਮਨ ਸ਼ਾਂਤੀ ਤੇ ਮਾੜੀ ਨਿਗਾਹ ਰੱਖੀ ਹੈ ਤੇ ਆਪਾਂ ਮਿਲ ਜੁਲ ਕੇ ਆਹੀ ਪ੍ਰਯਾਸ ਕਰੀਏ ਜਿਹੜੇ ਕੰਮ ਨੂੰ ਆਪਾਂ ਆਜ਼ਾਦੀ ਲਈ ਹੈ ਜਿਹੜੇ ਕੰਮ ਨੂੰ ਇੱਥੇ ਸਾਡਾ ਪੰਜਾਬ ਇੱਕ ਨੰਬਰ ਦਾ ਸੂਬਾ ਸੀਗਾ ਜਿਸ ਤਰ੍ਹਾਂ ਦਾ ਤੁਸੀਂ ਬਹੁਮਤ ਕੈਪਟਨ ਸਾਹਿਬ ਨੂੰ ਦਿੱਤਾ ਰਲ ਮਿਲ ਕੇ ਪੰਜਾਬ ਨੂੰ ਵਾਪਸ ਇੱਕ ਨੰਬਰ ਦਾ ਸੂਬਾ ਬਣਾਈਏ ਤੇ ਉਹਦੇ ਅੰਦਰ ਸਾਡਾ ਚਾਹੇ ਬਟਾਲਾ ਹੈ ਚਾਹੇ ਗੁਰਦਾਸਪੁਰ ਸਾਰਾ ਡਿਸਟ੍ਰਿਕਟ ਹੈ ਗੁਰਦਾਸਪੁਰ ਪਾਰਲੀਮੈਂਟਰੀ ਜਿਹੜਾ ਬਾਰਡਰ ਏਰੀਆ ਸਾਰਾ ਅਸੀਂ ਸਾਰੇ ਰਲ ਮਿਲ ਕੇ ਤਕੜੇ ਹੋ ਕੇ ਇੱਕ ਨੰਬਰ ਦਾ ਉਸ ਇੱਕ ਨੰਬਰ ਦੇ ਵਿੱਚ ਆਪਣੇ ਗੁਰਦਾਸਪੁਰ ਦਾ ਪਾਰਲੀਮੈਂਟਰੀ ਹਲਕੇ ਦਾ ਇੱਕ ਨੰਬਰ ਹੋਵੇ ਪਰਵਾ ਸਾਹਿਬ ਮੇਰੀ ਵੀਰ ਬਾਦਲ ਦਾ ਕੱਲ ਉਪਨੇ ਦੇਖੋ ਸਾਹਿਬ ਹਾਂ ਇੱਕ ਸੈਕਿੰਡ ਸਾਹਿਬ ਬਿਲਕੁਲ ਮੈਂ ਪਹਿਲਾਂ ਵੀ ਜਦੋਂ ਇਹ ਘਟਨਾ ਨਹੀਂ ਵਾਪਰੀ ਸੀ ਜਿਸ ਦਿਨ ਯੂਬਾ ਸਿਟੀ ਦੇ ਅੰਦਰ ਮਨਜੀਤ ਸਿੰਘ ਜੀ ਕੇ ਜੀ ਦੇ ਨਾਲ ਇਸ ਕਿਸਮ ਦੀ ਕੋਈ ਘਟਨਾ ਵਾਪਰੀ ਸੀ ਮੈਂ ਉਸੇ ਦਿਨ ਕਿਹਾ ਸੀ ਵੀ ਅਕਾਲੀਆਂ ਨੂੰ ਲੋਕਾਂ ਨੇ ਪਿੰਡਾਂ 'ਚ ਨਹੀਂ ਬਣ ਦੇਣਾ ਕਿਉਂਕਿ ਗੁੱਸਾ ਹੈ ਸੁਖਬੀਰ ਜੀ ਉਸ ਗੱਲ ਦਾ ਬੁਰਾ ਮੰਨ ਗਏ ਮੈਂ ਉਦੋਂ ਵੀ ਕਿਹਾ ਸੀ ਚਾਹੇ ਸੁਖਬੀਰ ਬਾਦਲ ਬੁਰਾ ਮੰਨਣ ਚਾਹੇ ਚੰਗਾ ਮੰਨਣ ਕੈਪਟਨ ਸਾਹਿਬ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ ਵੀ ਉਹਨਾਂ ਦੀ ਸਿਕਿਉਰਿਟੀ ਹੋਰ ਵਧਾਈ ਜਾਵੇ ਅਤੇ ਇਸੇ ਤਰ੍ਹਾਂ ਦੇ ਹਾਲਾਤ ਅਗਰ ਜਿਸ ਤਰ੍ਹਾਂ ਕੱਲ੍ਹ ਜੇ ਘਟਨਾ ਵਾਪਰੀ ਹੈ ਤਾਂ ਇਹਨਾਂ ਨੂੰ ਇੱਕ ਦੋ ਬੁਲੇਟ ਪਰੂਫ ਗੱਡੀਆਂ ਹੋਰ ਦੇਣੀ ਪੈਣਗੀਆਂ ਇਹ ਜਦੋਂ ਤਾਂ ਹੀ ਫੈਸਲਾ ਨਹੀਂ ਹੁੰਦਾ ਮੈਨੂੰ ਲੱਗਦਾ ਦੇਰ ਸਵੇਰ ਇਹਨਾਂ ਨੂੰ ਨਜ਼ਰਬੰਦ ਵੀ ਕਰਨਾ ਪਊਗਾ ਕਿਤੇ ਨਾ ਕਿਤੇ ਵੀ ਲੋਕਾਂ ਤੋਂ ਬਚਾਉਣਾ ਪਊਗਾ ਸਾਡਾ ਸਾਡੀ ਕੋਸ਼ਿਸ਼ ਹੈ ਵੀ ਜਿਹੜੀ ਰਿਪੋਰਟ ਹੈ ਉਹਦੇ ਅਮਲ ਹੋਵੇ ਜਿਹੜੇ ਦੇਖੋ ਅਸੀਂ ਕਿਸੇ ਨੂੰ ਦੋਸ਼ੀ ਨਹੀਂ ਕਰਾਰ ਕਰ ਸਕਦੇ ਜਦ ਤਾਈਂ SAT ਦੀ ਰਿਪੋਰਟ ਨਾ ਆ ਜੇ ਪਰ ਲੋਕਾਂ ਨੇ ਇਹਨਾਂ ਨੂੰ ਦੋਸ਼ੀ ਕਰਾਰ ਰੱਖਿਆ ਲੋਕਾਂ ਤੋਂ ਬਚਾਉਣ ਦੀ ਅੱਜ ਜ਼ਰੂਰਤ ਹੈ ਸੁਖਬੀਰ ਜੀ ਨੂੰ ਉਹ ਅਸੀਂ ਪ੍ਰਯਾਸ ਕਰਾਂਗੇ